ਬੰਦੇ ਦਾ ਬਣਨਾ ਹੀ ਕਿ ਨਹੀਂ ਬੱਲੇ ਬੱਲੇ ਸਾਡੇ ਭਾਜੀ ਹਰਜਨ ਭਾਜੀ ਸਤਿ ਸ਼੍ਰੀ ਅਕਾਲ ਮੇਰੀ ਗੱਲ ਸੁਣ ਲਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਆ ਕੇ ਇੱਕ ਮਿੰਟ ਨਾ ਮੇਰੀ ਪੰਜਾਬੀ ਦੀ ਗੱਲ ਸੁਣ ਇੱਕ ਮਿੰਟ ਮੈਨੂੰ ਸਾਂਦ ਲਾ ਲਵੇ ਗੁਰੂ ਹਾਂਜੀ ਭਾਜੀ ਹੁਣ ਦੱਸੋ ਤੈਨੂੰ ਕਿਸੇ ਨੇ ਨਹੀਂ ਬਚਾਉਣਾ ਉਹ ਜਿੰਨੀ ਦੇਰ ਤੱਕ ਮੇਰੇ ਵੀਰ ਬੈਠੇ ਖੇਲ ਸੁਣ ਲਾ ਫਿਰ ਨਾ ਡਰਾਮੇ ਨਾ ਕਰ ਲੱਡੂ ਮੈਂ ਬਹੁਤ ਸ਼ੈਤਾਨ ਤੂੰ ਭਾਰਤਵਾਜ ਜਾਂ ਗੁਰਸ਼ਰਨ ਬਾਵੇ ਨੂੰ ਤੂੰ ਬਣਾ ਸਕਦਾ ਮੈਨੂੰ ਸੁਣ ਲਾ ਮੇਰੀ ਗੱਲ ਮੈਂ ਨਾਸ ਕਰ ਦੂ ਸਭ ਕੁਛ ਮੈਂ ਬਹੁਤ ਇਹੋ ਜਿਹਾ ਨਾਸ ਕਰੂ ਮੈਂ ਦਰਨਾ ਤੈਨੂੰ ਮੈਂ ਪਹਿਲੇ ਦਿਨ ਕਿਹਾ ਉਦੋਂ ਐਮ ਐਲ ਏ ਨਾਲ ਸੀ ਭਲਾਈ ਕੌਰ ਤੈਨੂੰ ਸਮਝ ਨੀ ਆਈ ਮੈਂ ਬੇੜਾ ਗਰਕ ਕਰ ਦੂ ਐਂਡ ਮੈਂ ਉਸ ਤੇ ਆ ਗਿਆ ਐਂਡ ਮੈਂ ਬਹੁਤ ਚਿੜਾਈ ਇਹਨਾਂ ਚੀਜ਼ਾਂ ਨਾ ਕਰ ਬੰਦੇ ਦਾ ਪੁੱਤ ਬਣ ਗਿਆ ਗੁਰੂ ਜਦੋਂ ਤੈਨੂੰ ਮੈਂ ਇੱਕ ਮੌਕਾ ਦੇਣ ਲੱਗਾ ਟੈਲੀਫੋਨ ਕਰਕੇ ਜਾਂ ਤਾਂ ਸੁਧਾਰ ਕਰ ਲਾ ਨਹੀਂ ਤੇ ਮੇਰੀ ਗੱਲ ਸੁਣ ਲਾ ਮੇਰਾ ਅਗਲੇ 3 ਮਹੀਨੇ ਟੀਚਾ ਹੋਣਾ ਮੈਂ ਤੈਨੂੰ ਤਹਿਸ ਨਹਿਸ ਕਰ ਦੇਣਾ ਹਰ ਪਾਸੇ ਤੇ ਤੈਨੂੰ ਮੈਂ ਇਹੋ ਜਿਹਾ ਖੱਜਲ ਕਰੂੰਗਾ ਵੀ ਕਾਂ ਮਾਰ ਕੇ ਜਿੱਦਾਂ ਟੰਗੀ ਦਾ ਨੀ ਬਨੇਰੇ ਤੇ ਲਾਗੇ ਲਾਗੇ ਕਾਂ ਨੀ ਆਉਂਦੇ ਉਹ ਹਾਲ ਕਰੂ ਮੈਂ ਤੇਰਾ ਫੈਸਲਾ ਕਰ ਲਾ ਕੀ ਕਰਨਾ ਤੇ ਜੇ ਤੂੰ ਕੱਲ ਬੂਥ ਤੇ ਆ ਗਿਆ ਮੈਂ ਗੋਡਿਆਂ ਤੋਂ ਥੱਲੇ ਥੱਲੇ ਤੇਰੀਆਂ ਦੋਵੇਂ ਲੱਤਾਂ ਵਢਾਉਣੀਆਂ ਅੱਛਾ ਜੀ ਹਾਂ ਬੰਦੇ ਦਾ ਪੁੱਤ ਦਾ ਆ ਜੀ ਤੂੰ ਤੇ ਇਹਨੂੰ ਡੇਰੇ ਨੂੰ ਕਹੀਂ ਤੈਨੂੰ ਬਚਾ ਲੂ ਠੀਕ ਆ ਜੀ ਤੇ ਮੈਂ ਸੰਤ ਸਿੰਘ ਦਾ ਪੁੱਤ ਨੀ ਜੇ ਮੈਂ ਦੋਵੇਂ ਵੱਢ ਗਿਆ ਤੇ ਥੱਲੇ ਵਾਲੇ ਪੀਸ ਮੈਂ ਨਾਲ ਲੈ ਗਏ ਹੁਣੇ ਗੱਡੀ ਜਰਾ ਠੀਕ ਆ ਸਰ ਸਮਝ ਗਏ ਠੀਕ ਆ ਭਰਾ ਹਾਂ ਤੂੰ ਸਾਨੂੰ ਪੁਰਦੂ ਬਣਾਇਆ ਤੂੰ ਜਿੰਨਾ ਤੂੰ ਸਾਡੇ ਨਾਲ ਧੋਖਾ ਕੀਤਾ ਸਾਡੀ ਜ਼ਿੰਦਗੀ ਜਿਹਨੇ ਵੱਡੇ ਵੀਰ ਖਰਚਾ ਮੈਂ ਕੀ ਸਭ ਕੁਝ ਮੈਂ ਕੀਤਾ ਮੈਂ ਇੱਕੋ ਹੀ ਮੇਰੀ ਸ਼ਰਤ ਸੀਗੀ ਵੀ ਗੁਰੂ ਘਰੋਂ ਹਾਂ ਕਰਾਓ ਮੈਂ ਤੇਰੇ ਨਾਲ ਆ ਮੈਂ ਤੁਹਾਡੇ ਨਾਲ ਚੱਲਿਆ ਇੱਕ ਮੇਰੀ ਆਦਤ ਆ ਮੈਂ ਪਾਰੀ ਨੂੰ ਗੁਰੂ ਘਰ ਮੰਨਦਾ ਨੂੰ ਨਹੀਂ ਨਹੀਂ ਬੇਦੀ ਨਿਰਮਲ ਅਰਕੇ ਫੈਸਲਾ ਕਰ ਲਾ ਦੱਸਤਾ ਓਦਣ ਵੀ ਦੱਸਤਾ ਅੱਜ ਵੀ ਸਪਸ਼ਟ ਦੱਸੀ ਜਾਂਦਾ ਮੇਰੇ ਤੇ ਆਪਦੀ ਜ਼ਿੰਦਗੀ ਚ ਮੇਰੇ ਮਨ ਚ ਬੋਝ ਨੀ ਰਹਿਣਾ ਚਾਹੀਦਾ ਮੈਂ ਤੈਨੂੰ ਸਪਸ਼ਟ ਦੱਸਤਾ ਜੀ ਤੇਰਾ ਬੀਜ ਨਾਸ ਕਰ ਦੂ ਮੈਂ ਐਂਡ ਮੈਂ ਕਰਨ ਤੇ ਆ ਗਿਆ ਜੀ 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 ਜੇ ਜੋ ਤੂੰ ਨੁਕਸਾਨ ਕਰਨਾ ਹੈ ਤੂੰ ਕਰ ਲਿਆ ਬਹੁਤ ਕੀਤਾ ਵਧਿਆ ਵੀਰਾ ਲਈ ਤੂੰ ਐਵੇਂ ਲੱਗ ਮੈਨੂੰ ਸੁਣਨਾ ਸਹੀ ਆਗਾ ਤੇ ਜੇ ਤੂੰ ਮੈਨੂੰ ਕੱਲ ਮਿਲ ਗਿਆ ਮੈਨੂੰ ਮਜਬੂਰ ਨੂੰ ਤੇਰਾ ਕਤਲ ਵੀ ਕਰਾਉਣਾ ਪਿਆ ਮੈਂ ਕਰਾਉਣਾ ਹੈ ਰਿਕਾਰਡ ਕਰ ਲੈ ਭਾਵੇਂ ਮੈਂ ਵੇਟ ਕਰਦਾ ਉਹ ਗੁਰੂ ਮੈਂ ਆ ਜਾਣਾ ਮੈਨੂੰ ਸੱਚਾ ਹੁੰਦਾ ਤੇ ਮੈਂ ਸੱਚਾ ਹੋਣਾ ਹੈ ਨਾ ਸੱਚਾ ਹੋਣੇ ਮੇਰਾ ਵੀਰ ਮੇਰਾ ਕਰ ਦੇ ਸਿਆਪਾ ਨਾ ਵੇਟ ਪਰੇ ਯਾਰ ਕੀ ਤੇਰਾ ਮੈਂ ਸਵੇਰੇ ਕਰੂੰ ਪਬਲਿਕ ਚ ਕਰੂੰ ਤਾਂ ਕਿ ਕੋਈ ਇਹੋ ਜਿਹਾ ਬਾਕੀ ਨਾ ਪੈਦਾ ਹੋ ਨਹੀਂ ਨਹੀਂ ਮੈਂ ਵੀ ਵੇਖਾਂਗੇ ਸਿੱਖਾ ਵੱਡਾ ਵੀਰ ਆ ਛੋਟਿਆਂ ਨੂੰ ਸਾ ਪੀਸ ਇਹ ਕੰਮ ਸਾ ਕਰਦਾ ਉਹ ਛੱਡ ਇਹੋ ਜਿਹਾ ਮੈਂ ਦੱਸ ਮੈਂ ਇੱਕ ਮਿੰਟ ਆ ਜੀ ਇੱਕ ਮਿੰਟ ਸਾਹਿਬ ਮੇਰੀ ਹੋ ਨਹੀਂ ਹੈਗੀ ਅਨੋ ਮਨੋ ਮਨ ਨਾਲ ਚੱਲੇ ਨਹੀਂ ਚੱਲਿਆ ਦੱਸੋ ਬੋਲੋ ਉਹ ਨਹੀਂ ਗੱਲ ਹੈਗੀ ਤੂੰ ਛੱਡ ਦੇ ਉਹ ਗੱਲ ਨਹੀਂ ਨਹੀਂ ਛੱਡ ਨਹੀਂ ਮੈਂ ਦਵਾ ਤੂੰ ਮੇਰੀ ਗੱਲ ਸੁਣ ਲਾ ਮੇਰਾ ਕੀ ਸਭ ਭੁੱਲ ਪਾਇਆ ਇਹੋ ਹੀ ਇਸ ਕਰਕੇ ਚੱਲਿਆ ਮੈਂ ਤੁਹਾਨੂੰ ਪਹਿਲੇ ਦਿਨ ਤੋਂ ਕਹਿੰਦਾ ਵੀ ਡੇਰੇ ਹਾਂ ਕਰਾਓ ਡੇਰੇ ਹਾਂ ਕਿਹਨੂੰ ਨਹੀਂ ਮੈਂ ਕਿਹਾ ਵੀ ਸਾਰੀ ਡੇਰੇ 'ਚ ਜਾਓ ਡੇਰੇ 'ਚ ਜਾਓ ਤੂੰ ਛੱਡ ਉਸ ਚੀਜ਼ ਮੈਂ ਉਹ ਚੀਜ਼ਾਂ ਨੂੰ ਨਹੀਂ ਮੰਨਦਾ ਫਿਰ ਵੀ ਤੁਸੀਂ ਜੇ ਏਦਾਂ ਜੇ ਮੈਨੂੰ ਕਹੀਏ ਤੇ ਫਿਰ ਤੇ ਗੱਲ ਤਾਂ ਗਲਤ ਆ ਨਾ ਬਸ ਏਦਾਂ ਹੀ ਐਂ ਹੀ ਚੱਲਣਾ ਬਸ ਤੂੰ ਆ ਜਾ ਤੂੰ ਐਂ ਹੀ ਆ ਤੂੰ ਸਵੇਰੇ ਆਇਆ ਤੇਰੀਆਂ ਮੈਂ ਲੱਤਾਂ ਗੋਡੇ ਤੋਂ ਥੱਲੇ ਦੋਵੇਂ ਵੱਢਣਗੀਆਂ ਆਪ ਵੱਢੂ ਦਾਤਰ ਆ ਉਹ ਭਰਾਵਾ ਮੈਂ ਘਰ ਆ ਜਾਂਦਾ ਹੁਣੇ ਤੂੰ ਘਰੇ ਜੇ ਨਾ ਮੈਨੂੰ ਲੋੜ ਹੀ ਨਹੀਂ ਤੇਰੀ ਨਹੀਂ ਮੈਂ ਤਾਂ ਆਉਣਾ ਮੈਂ ਤਾਂ ਵੀਰ ਕੋਲ ਘਰ ਬੈਠੇ ਕਿੱਥੇ ਬੈਠੇ ਤੁਸੀਂ ਹੁਣੇ ਆ ਜਾਂਦਾ ਤੂੰ ਮੈਨੂੰ ਲੋੜ ਹੀ ਨਹੀਂ ਮੈਨੂੰ ਮੈਂ ਤੈਨੂੰ ਕਿੱਥੇ ਬੈਠਾ ਮੇਰਾ ਵੀਰ ਮੈਂ ਤਾਂ ਹੁਣੇ ਆ ਗਿਆ ਕਿੱਥੇ 5 ਮਿੰਟਾਂ 'ਚ ਰਹੀਏ ਕੋਠੀ ਆ ਜਾਏਗਾ ਤੇ ਮੈਂ ਤੈਨੂੰ ਮਾਫ਼ ਕਰ ਹਾਂਜੀ 5 ਮਿੰਟਾਂ 'ਚ ਰਹੀਏ ਕੋਠੀ ਆ ਜਾਏਗਾ ਤੇ ਛੱਡ ਅਜੇ ਉੱਥੇ ਘਰੇ ਪੰਜ ਮਿੰਟ ਆ ਜਾ ਮੈਂ ਤੈਨੂੰ ਦਿਲ ਨਾਲ ਲਾ ਲੂ ਆ ਗਿਆ ਭਰਾਵਾ ਆ ਗਿਆ